राखो
कल राशि जा jump in.
Kalra Sinchar
চলে
ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਜੀਵਨ ਨੂੰ ਕਿਰਸਾਣੀ ਨਾਲ ਬਹੁਤ ਥਾਵੇਂ ਜੋੜਿਆ ਗਿਆ ਹੈ। ਜਿਸ ਇਲਾਕੇ, ਜਿਸ ਚੁਗਿਰਦ, ਜਿਸ ਵਾਤਾਵਰਨ ਵਿੱਚ ਮਨੁੱਖ ਰਹਿੰਦਾ ਹੈ, ਉਦਾਹਰਨ ਉਹਦੀਆਂ ਬੜੀਆਂ ਸੁਝਦੀਆਂ। ਪੰਜਾਬ ਦੀ ਧਰਤੀ ਕਿਰਸਾਣੀ ਧਰਤੀ ਹੈ। ਗੁਰੂ ਨੇ ਬਾਰ ਬਾਰ ਇਸ ਗੱਲ ਦੀ ਕਈ ਥਾਵਾਂ ਤੇ ਐਗਜ਼ਾਮਪਲ ਦਿੱਤੀ ਹੈ। ਜਿਵੇਂ ਇਹ ਵੀ ਆਖਿਆ ਕਿ ਸਰੀਰ ਜਿਹੜਾ ਧਰਤੀ ਹੈ, ਇਹ ਵੀ ਆਖਿਆ ਕਿ ਕਰਮ ਜਿਹੜੇ ਨੇ ਧਰਤੀ ਨੇ। ਹਰ ਇੱਕ ਚੀਜ਼ ਨੂੰ ਵੱਖ ਵੱਖ ਰੂਪ ਵਿੱਚ ਕਿਰਸਾਣੀ ਦੀ ਐਗਜ਼ਾਮਪਲ ਨਾਲ ਸਮਝਾਇਆ। ਕਹਿਣ ਲੱਗੇ, ਕਰਮ ਕਰ ਧਰ, ਅਮਲ ਕਰ ਧਰਤੀ, ਬੀਜ ਸ਼ਬਦ ਕਰ, ਜਿਹੜੇ ਤੇਰੇ ਅਮਲ ਨੇ, ਕਰਮ ਨੇ, ਉਹਨਾਂ ਨੂੰ ਧਰਤੀ ਬਣਾ ਲੈ। ਉਹਦੇ ਵਿੱਚ ਸ਼ਬਦ ਦਾ ਬੀਜ ਬੀਜ ਲੈ, ਅਮਲ ਕਰ ਧਰਤੀ, ਬੀਜ ਸ਼ਬਦ ਕਰ, ਸੱਚ ਕੀ ਆਪ ਸੱਚ ਨੂੰ ਪਾਣੀ ਬਣਾ ਲੈ। ਤੇ ਇਉਂ ਇਸ ਕਰਮਾਂ ਦੀ ਧਰਤੀ ਤੇ ਪਾਣੀ ਨੂੰ ਸਿੰਜ, ਅਮਲ ਕਰ ਧਰਤੀ, ਬੀਜ ਸ਼ਬਦ ਕਰ,
ਸੱਚ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਲੈ ਆ ਤੈਨੂੰ ਜੀਵਨ ਦੀ ਕਿਰਸਾਨੀ ਸਿਖਾਵਾਂ ਗੁਰੂ ਨਾਨਕ ਕਹਿੰਦੇ ਨੇ ਤੇ ਪਤਾ ਹੀ ਇਹਦੇ ਵਿੱਚੋਂ ਫਿਰ ਫਸਲ ਕਿਹੜੀ ਪੈਦਾ ਹੋਏਗੀ ਹੋਏ ਕਿਰਸਾਨ ਈਮਾਨ ਜਮਾਏ ਲੈ ਕਰਮ ਦੀ ਫਸਲ ਪੈਦਾ ਹੋਏਗੀ ਈਮਾਨ ਦੀ ਫਸਲ ਪੈਦਾ ਹੋਏਗੀ ਇਉਂ ਤੂੰ ਈਮਾਨ ਵਾਲਾ ਧਰਮ ਵਾਲਾ ਬਣ ਜਾਏਗਾ ਹੋਏ ਕਿਸਾਨ ਈਮਾਨ ਜਮਾਏ ਲੈ ਦੂਜੀ ਥਾਂ ਤੇ ਵੀ ਤੀਜੀ ਬਹੁਤ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਸਰੀਰ ਹੈ ਇੱਕ ਕਰਮ ਧਰਤੀ ਕਰਮ ਧਰਤੀ ਸਰੀਰ ਇਸ ਵਿੱਚ ਜਿਹਾ ਕੋ ਬੀਜੇ ਤੇ ਹਫਲ ਪਾਏ ਸਰੀਰ ਕਰਮ ਧਰਤੀ ਹੈ ਹੁਣ ਅੱਜ ਦੇ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਵੀ ਵੱਖ ਵੱਖ ਵਸਤੂਆਂ ਦਾ ਕਿਰਸਾਨੀ ਨਾਲ ਜਿਨ੍ਹਾਂ ਦਾ ਸੰਬੰਧ ਹੈ ਉਹਨਾਂ ਦਾ ਜ਼ਿਕਰ ਕਰਦੇ ਨੇ ਤੇ ਬੜੇ ਢੰਗ ਨਾਲ ਇੱਕ ਇੱਕ ਵਸਤੂ ਨੂੰ ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਨਾ ਉਹਦੀ ਇੱਕ ਆਪਣੀ ਹੀ ਕਹਾਣੀ ਬਣ ਜਾਂਦੀ ਹੈ ਆਪਣੀ ਹੀ ਕਹਾਣੀ ਬਣ ਜਾਂਦੀ ਹੈ ਹੁਣ ਪਹਿਲਾਂ ਧਰਤੀ ਦਾ ਜ਼ਿਕਰ ਕੀਤਾ ਨੇ ਮੁੜ ਕੇ ਖੂਹ ਦਾ ਜ਼ਿਕਰ ਕੀਤਾ ਨੇ ਜ਼ਮੀਨ ਤੋਂ ਬਾਅਦ ਖੂਹ ਲੱਗਦੇ ਨੇ ਜਿਸ ਕਿਸਾਨ ਕੋਲ ਜ਼ਮੀਨ ਹੀ ਆਪਣੀ ਨੇ ਉਹ ਵੀ ਕਾਹਦਾ ਕਿਸਾਨ ਜ਼ਮੀਨਦਾਰ ਕਹਿੰਦੇ ਹੀ ਉਹਨੂੰ ਨੇ ਜਿਹਦੇ ਕੋਲ ਜ਼ਮੀਨ ਹੋਵੇ ਤੇ ਜੇ ਜ਼ਮੀਨ ਹੋਵੇ ਖੂਹ ਨਾ ਹੋਵੇ ਪਾਣੀ ਦੇਣ ਦਾ ਸਾਧਨ ਉਦੋਂ ਕਿਉਂਕਿ ਖੂਹ ਹੀ ਪਾਣੀ ਦਾ ਸਾਧਨ ਸਨ ਤੇ ਉਸ ਕਿਸਾਨ ਨੂੰ ਅਮੀਰ ਕਿਸਾਨ ਮੰਨਿਆ ਜਾਂਦਾ ਸੀ ਜਿਹਦੇ ਖੇਤ ਵਿੱਚ ਖੂਹ ਆਪਣਾ ਹੋਵੇ ਨਹੀਂ ਤੇ ਕਈ ਵਾਰ ਤਾਂ ਗਰੀਬੀ ਕਾਰਨ ਕਈ ਕਈ ਕਿਸਾਨ ਮਿਲ ਕੇ ਜਾਂ ਪਿੰਡ ਦੀਆਂ ਪੰਚਾਇਤਾਂ ਗਿਣੇ ਮਿਥਵੇ ਇਲਾਕਿਆਂ ਵਿੱਚ ਏਰੀਏ ਵਿੱਚ ਖੂਹ ਲਗਵਾਉਂਦੀਆਂ ਸਨ ਤੇ ਸਾਰਿਆਂ ਕੋਲੋਂ ਉਹ ਮਾਮਲਾ ਲੈਂਦੀਆਂ ਸਨ ਤੇ ਉਹ ਫਿਰ ਸਾਰੇ ਉਸੇ ਖੂਹ ਤੋਂ ਪਾਣੀ ਦਿੰਦੇ ਸਨ ਬਹੁਤ ਪੁਰਾਣੇ ਸਮਿਆਂ ਦਾ ਪਰ ਜਿਹੜੇ ਕਿਸਾਨ ਆਪਣਾ ਖੂਹ ਲਵਾ ਲਵੇ ਜਿਹਦੇ ਕੋਲ ਹੋਰ ਜ਼ਿਆਦਾ ਧਰਤੀ ਹੋਵੇ ਉਹ ਦੋ ਖੂਹ ਵੀ ਲਵਾਉਂਦਾ ਸੀ ਕਈ ਵਾਰ ਇੱਕ ਖੂਹ ਵਿੱਚ ਦੋ ਹਰਟ ਲਾ ਦਿੰਦਾ ਸੀ ਉਹਨੂੰ ਦੋ ਹਰਟਾ ਆਖਦੇ ਸਨ ਜਿਵੇਂ ਅੰਮ੍ਰਿਤਸਰ ਦੇ ਨੇੜੇ ਅਸਥਾਨ ਹੈ ਨਾ ਉੱਥੇ ਇੱਕੋ ਖੂਹ ਵਿੱਚ 6 ਹਰਟ ਚੱਲਦੇ ਸਨ ਉਸ ਲਈ ਉਸ ਥਾਂ ਦਾ ਨਾਂ ਹੀ ਬਣ ਗਿਆ 6 ਹਰਟਾ ਅਸੀਂ ਉਹਨੂੰ 6 ਟਾਸਾ ਕਹਿੰਦੇ ਹਾਂ ਅੱਜ 6 ਹਰਟਾ ਮੈਂ ਸਾਰਿਆਂ ਨੂੰ ਵਿਸਥਾਰਿਆਂ ਨੂੰ ਜਦੋਂ ਜਾਣਾ ਫਿਰ ਮੈਨੂੰ ਅੱਜ ਦਾ ਟਾਈਮ ਫਿਰ ਥੋੜਾ ਲੱਗਦਾ ਸਾਰਾ ਕੁਝ ਜਿਹੜਾ ਹੈ ਇਹਨੂੰ ਜੋੜਦੇ ਕਿਸ ਨਾਲ ਦਾ ਮੇਨ ਪੁਆਇੰਟ ਕਿਹੜਾ ਹੈ ਕੇਂਦਰੀ ਪੁਆਇੰਟ ਕਿਹੜਾ ਕੇਂਦਰ ਕੀ ਹੈ ਉਹ ਆਰੰਭ ਦੀਆਂ ਦੋ ਲਾਈਨਾਂ ਵਿੱਚ ਆਰੰਭ ਦੀਆਂ ਦੋ ਲਾਈਨਾਂ ਵਿੱਚ ਕਹਿੰਦੇ ਨੇ ਹੇ ਬ੍ਰਾਹਮਣ ਐਵੇਂ ਵੱਖ ਵੱਖ ਦੇਵੀ ਦੇਵਤਿਆਂ ਦੇ ਕਰਮ ਕਾਂਡਾਂ ਦੇ ਕੰਮਾਂ ਵਿੱਚ ਲੱਗ ਕੇ ਜੀਵਨ ਨੂੰ ਖਿੰਡਾ ਵਿੱਚ ਲੈ ਕੇ ਇੱਕ ਗੱਲ ਸਮਝ ਲੈ ਖਿੰਡਾ ਅਸਫਲਤਾ ਹੁੰਦੀ ਹੈ ਜਿੱਥੇ ਖਿੰਡਾ ਹੋਏਗਾ ਉੱਥੇ ਅਸਫਲਤਾ ਹੈ ਕਿਸੇ ਚੀਜ਼ ਨੇ ਖਿੰਡਾ ਦਾ ਮਤਲਬ ਹੈ ਇਕਾਗਰਤਾ ਨਾ ਹੋਣੀ ਇੱਕ ਰਸਤਾ ਇੱਕ ਦਰਵਾਜ਼ਾ ਨਾ ਹੋਣਾ ਜਦੋਂ ਮਨੁੱਖ ਪਜ਼ਲ ਹੋ ਜਾਏ ਨਾ ਕਿਸੇ ਗੱਲ ਦੇ ਉੱਤੇ ਵਿਸ਼ਵਾਸ ਨਾ ਰਹੇ
ਕਦੇ ਇੱਧਰ ਦੇਖੇ ਕਦੇ ਉੱਧਰ ਦੇਖੇ ਉਸ ਖਿੰਡਾਓ ਦੀ ਬਿਰਤੀ ਨੂੰ ਸਫਲਤਾ ਨਹੀਂ ਕਹਿੰਦੇ ਕਿਸੇ ਕੰਮ ਵਿੱਚ ਵੀ। ਵਿਹਾਰ ਵਿੱਚ ਮਨੁੱਖ ਦਾ ਖਿੰਡਾਓ ਹੋਵੇ, ਇੱਕ ਚਿੱਤ ਹੋ ਕੇ ਨਾ ਕਰੇ, ਵਿਹਾਰ ਵਿੱਚ ਸਫਲ ਨਹੀਂ ਹੁੰਦਾ। ਸਟੂਡੈਂਟ ਵਿਦਿਆਰਥੀ ਪੜ੍ਹਾਈ ਵੇਲੇ ਖਿੰਡਾਓ ਵਿੱਚ ਆ ਜਾਏ, ਇਕਾਗਰ ਚਿੱਤ ਨਾ ਹੋਵੇ, ਉਹ ਆਪਣੀ ਵਿਦਿਅਕ ਦੁਨੀਆ ਵਿੱਚ ਸਫਲ ਨਹੀਂ ਹੁੰਦਾ। ਗੁਰੂ ਨੇ ਧਰਮ ਦੇ ਖੇਤਰ ਵਿੱਚ ਵੀ ਕਿਉਂ ਦਰਦ ਕਹਿ ਦਿੱਤਾ, ਇੱਕ ਚਿੱਤ ਜਿਵੇਂ ਇੱਕ ਛਿੜ ਤਿਆਰੋ, ਪਹਿਲਾਂ ਇੱਕ ਚਿੱਤ ਰੱਖਿਆ, ਚਿੱਤ ਵਿੱਚ ਖਿੰਡਾਓ ਹੀ ਰਹਿ ਗਿਆ ਤੇ ਦਿਨ ਰਾਤ ਭਾਵੇਂ ਧਿਆਈ ਜਾਏ। ਤੇ ਜਦੋਂ ਇੱਕ ਚਿੱਤ ਹੋ ਗਿਆ, ਉਹ ਇੱਕ ਚਿੱਤ ਨਾਲ ਜਿਹੜਾ ਇੱਕ ਛਿੜਦਾ ਧਿਆਉਣਾ ਉਹ ਨੇੜੇ ਲੈ ਗਿਆ। ਕਿਉਂਕਿ ਇਸੇ ਲਈ ਬਿਰਤੀ ਵਿੱਚੋਂ ਖਿੰਡਾਓ ਕੱਢਦੇ ਸੀ। ਕਹਿੰਦੇ ਨੇ ਚੰਗੀ ਗੱਲ ਹੈ ਨਹੀਂ, ਤੂੰ ਪੱਥਰ ਨੂੰ ਸਾਲਗ੍ਰਾਮ ਬਣਾ ਕੇ ਉਹਦੀ ਪੂਜਾ ਪਿਆ ਕਰਨਾ, ਹੱਥ ਵਿੱਚ ਤੁਲਸੀ ਦੀ ਮਾਲਾ ਰੱਖ ਕੇ ਤੇ ਸਮਝਣਾ ਵੀ ਇਸ ਤੁਲਸੀ ਦੇ ਮਾਲਾ ਨੇ ਮੇਰਾ ਸਿਮਰਨ ਜਿਹੜਾ ਉਹਨੂੰ ਸਫਲ ਕਰਨਾ। ਕਹਿਣ ਲੱਗੇ ਨਹੀਂ, ਸਾਲਗ੍ਰਾਮ ਬਿਲਕੁਲ ਬਣਾਓ, ਸੁਕਿਰਤ ਤੁਲਸੀ ਮਾਲਾ, ਸੁਕਿਰਤ ਨੂੰ ਤੁਲਸੀ ਦੀ ਮਾਲਾ ਬਣਾ, ਪ੍ਰਭੂ ਦਾ ਪੂਜਨ ਕਰ, ਰਾਮ ਨਾਮ ਦਾ ਬੇੜਾ ਬਣ। ਮੈਂ ਤੁਹਾਨੂੰ ਇੱਕ ਨਾਲ ਜੋੜਨਾ ਚਾਹੁੰਦਾ, ਪਰ ਤੂੰ ਤਾਂ ਖਿੰਡਾਓ ਵਿੱਚ ਜਾ ਰਿਹਾ ਹੈ, ਵੱਖ ਵੱਖ ਦੇਵੀ ਦੇਵਤਿਆਂ ਦੀ ਜ਼ਮੀਨ ਤੋਂ ਆਸਮਾਨ ਤੱਕ ਭਾਲ ਕਰ ਕਰਕੇ ਉਹਨਾਂ ਨਾਲ, ਉਹਨਾਂ ਦੇ ਟਿਕਾਣਿਆਂ ਨਾਲ, ਉਹਨਾਂ ਦੇ ਨਾਵਾਂ ਨਾਲ, ਉਹਨਾਂ ਦੇ ਵਜੂਦ ਨਾਲ, ਉਹਨਾਂ ਦੀਆਂ ਸ਼ਕਲਾਂ ਨਾਲ ਜੁੜ ਰਿਹਾ। ਉਸ ਖਿੰਡਾਓ ਨੇ ਤੇਰੇ ਜੀਵਨ ਦੀ ਧਰਤੀ ਨੂੰ ਕਲਰ ਬਣਾ ਦਿੱਤਾ। ਲਓ ਇੱਥੇ ਰੁਕਣਾ, ਇੱਕ ਇੱਕ ਚੀਜ਼ ਨੂੰ ਆਪਾਂ ਰੁਕਣਾ ਚਾਹੁੰਦੇ। ਜੀਵਨ ਦੀ ਧਰਤੀ ਨੂੰ ਕਲਰ ਬਣਾ ਦਿੱਤਾ। ਕਲਰ ਕੀ ਹੁੰਦਾ? ਬਹੁਤ ਦਿਨ ਹੋਈ ਇੱਕ ਵਾਰ ਇਸ ਲਫ਼ਜ਼ ਤੇ ਵਿਚਾਰ ਹੋਈ ਸੀ। ਧਰਤੀ ਜਿਹਦੇ ਵਿੱਚ ਕਲਰ ਪੈਦਾ ਹੋ ਜਾਏ, ਧਰਤੀ ਦੇ ਗੁਣ ਨੇ ਆਪਣੇ, ਧਰਤੀ ਮਨੁੱਖ ਨੂੰ ਰੋਜ਼ੀ ਤੇ ਰਿਹਾਇਸ਼ ਦੋਨੋਂ ਚੀਜ਼ਾਂ ਦਿੰਦੇ ਨੇ। ਧਰਤੀ ਨੂੰ ਇਸੇ ਲਈ ਮਾਂ ਆਖਦੇ ਨੇ। ਮਾਂ ਦੀ ਗੋਦੀ ਵਿੱਚ ਜੀਵ ਧਰਤੀ ਘਰ ਸਮਝਦਾ ਤੇ ਉਹ ਦੁੱਧ ਪਿਲਾਉਂਦੀ ਹੈ, ਉਹ ਉਹਦੀ ਰੋਜ਼ੀ ਹੁੰਦੀ ਹੈ, ਜਨਮ ਲੈਂਦਾ। ਮਾਂ ਹੈ ਧਰਤੀ, ਕਿਉਂ? ਧਰਤੀ ਵਿੱਚੋਂ ਹੀ ਇਹਦੇ ਲਈ ਘਰ ਬਣਦਾ, ਧਰਤੀ ਵਿੱਚੋਂ ਹੀ ਇਹਦੇ ਲਈ ਰੋਜ਼ੀ ਬਣਦੀ ਹੈ। ਰੋਜ਼ੀ ਦੇ ਜਿੰਨੇ ਸਮਾਨ ਨੇ ਸਭ ਧਰਤੀ ਚੋਂ ਪੈਦਾ ਹੁੰਦੇ ਨੇ। ਜਿੰਨੀਆਂ ਖੁਰਾਕਾਂ ਨੇ, ਜਿੰਨੇ ਖਾਣੇ ਨੇ, ਸਭ ਧਰਤੀ ਤੋਂ ਜਨਮ ਲੈਂਦੇ ਨੇ। ਜਿੰਨੇ ਘਰ ਨੇ, ਜਿੰਨੇ ਮਕਾਨ ਨੇ, ਉਹ ਸਾਰਾ ਭਾਵੇਂ ਲੋਹਾ ਉਹ ਵੀ ਧਰਤੀ ਵਿੱਚੋਂ ਨਿਕਲਦਾ ਹੈ। ਧਰਤੀ ਤੈਨੂੰ ਰਿਹਾਇਸ਼ ਵੀ ਦਿੰਦੀ, ਧਰਤੀ ਤੈਨੂੰ ਰੋਜ਼ੀ ਵੀ ਦਿੰਦੀ, ਤੇਰੀ ਮਾਂ ਹੈ। ਬਲਕਿ ਮਾਂ ਵਾਲਾ ਫਰਜ਼, ਕਿਸੇ ਨੇ ਬੜੀ ਖੂਬਸੂਰਤ ਗੱਲ ਆਖੀ, ਮਾਂ ਵਾਲਾ ਫਰਜ਼ ਤੇ ਮਮਤਾ ਧਰਤੀ ਵਿੱਚ ਹੈ। ਜਦੋਂ ਤੂੰ ਖਤਮ ਹੋ ਜਾਏ, ਜੀਵ ਵਿੱਚ ਉੱਠ ਜਾਏ, ਤੇ ਘਰ ਦੇ ਜੀ ਜਿਨ੍ਹਾਂ ਨੇ ਉਸ ਘਰ ਨੂੰ ਅੱਖੀਂ ਦੇਖਦਿਆਂ ਤੇਰੇ ਹੱਥੋਂ ਬਣਵਾਇਆ ਹੁੰਦਾ ਹੈ, ਬੜੀ ਖੂਬਸੂਰਤ ਬਿਲਡਿੰਗ ਤੂੰ ਬਣਾਉਣਾ, ਉਹਦੇ ਵਿੱਚ ਤੇਰੇ ਸਮੇਤ ਤੇਰੇ ਪਰਿਵਾਰ ਦੇ ਜੀ ਵਸਦੇ ਨੇ, ਪਰ ਜਦੋਂ ਤੂੰ ਵਿਛੋੜਾ ਦੇ ਜਾਂਦਾ ਘਰ ਦੇ ਜੀਆਂ ਨੂੰ, ਘਰ ਤੇ ਪ੍ਰਵਾਨ ਹੁੰਦਾ, ਤੂੰ ਪ੍ਰਵਾਨ ਨਹੀਂ ਹੁੰਦਾ। ਕਹਿੰਦੇ ਨੇ ਹੁਣ ਇਹਨੂੰ ਛੇਤੀ ਨਾਲ ਲੈ ਜਾਓ, ਇਹ ਸਾਨੂੰ ਪ੍ਰਵਾਨ ਨਹੀਂ।
ਛੇਤੀ ਜਦੋਂ ਸੰਸਾਰ ਜਵਾਬ ਦੇ ਜਾਏ ਉਦੋਂ ਮਾਂ ਧਰਤੀ ਆਖਦੀ ਹੈ ਭਰਿਓ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਮੇਰੇ ਕੋਲ ਦੇ ਜਾਓ, ਭਾਵੇਂ ਖਾਕ ਦਾ ਰੂਪ ਦੇ ਜਾਓ ਭਾਵੇਂ ਕਬਰ ਦੇ ਰੂਪ ਵਿੱਚ ਦੇ ਮੈਨੂੰ ਦੇ ਜਾਓ, ਮੈਂ ਤੇ ਮਾਂ ਹਾਂ, ਮੈਂ ਨਹੀਂ ਤਿਆਗ ਸਕਦੀ। ਰੋਜ਼ੀ ਤੇ ਰਿਹਾਇਸ਼ ਮਾਂ ਦਿੰਦੀ, ਕਿਹੜੀ ਅਜੀਬ ਗੱਲ ਹੈ ਜਦੋਂ ਉਹ ਧਰਤੀ ਕਲਰ ਵਾਲੀ ਹੋ ਜਾਏ ਲੋਕ ਨੂੰ ਫਰਕ ਕੀ ਹੈ। ਇੱਕ ਧਰਤੀ ਹੈ ਜਿਹਦੀ ਮਿੱਟੀ ਚੀਕਣੀ ਹੈ ਕਲਰੀ ਨਹੀਂ, ਚੀਕਣੀ ਮਿੱਟੀ ਤੇ ਕਲਰੀ ਮਿੱਟੀ ਚ ਫਰਕ ਕੀ ਹੈ? ਆਪਾਂ ਆਸਾ ਦੀ ਵਾਰ ਦੀ ਵੀ ਦੋ ਲਾਈਨਾਂ ਪੜ੍ਹਨੇ ਆ ਨਾ ਅਕਸਰ, ਮਿੱਟੀ ਮੁਸਲਮਾਨ ਕੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਾਰ ਘੜ ਬਾਂਡੇ ਇੱਟੋ ਕੀਆ ਭਲਾ ਕਿਉਂ ਮੁਸਲਮਾਨ ਦੀ ਮਿੱਟੀ ਕਿਉਂ ਆਖਿਆ, ਮੁਸਲਮਾਨ ਦੀ ਮਿੱਟੀ ਕਿਉਂ ਆਖਿਆ? ਕਿਉਂਕਿ ਜਿੱਥੇ ਕਬਰਾਂ ਹੋਣ ਮੁਸਲਮਾਨ ਦੇ ਸਰੀਰ ਦਫਨਾਏ ਜਾਂਦੇ ਨੇ, ਕਿਉਂ ਸਰੀਰ ਦਫਨਾਏ, ਉਹਦੇ ਵਿੱਚ ਚਿਕਨਾਹਟ ਹੁੰਦੀ ਹੈ, ਚਰਬੀ ਤੇ ਹਰ ਸਰੀਰ ਵਿੱਚ ਹੈ, ਤੇ ਸਿਵਿਆਂ ਦੀ ਕਬਰਸਤਾਨ ਦੀ ਮਿੱਟੀ ਚੀਕਣੀ ਹੁੰਦੀ ਹੈ, ਜੁੜਵੀ ਹੁੰਦੀ ਹੈ, ਤੇ ਕੁਮਾਰ ਨੂੰ ਚੀਕਣੀ ਮਿੱਟੀ ਚਾਹੀਦੀ ਹੈ, ਕੁਮਾਰ ਦੀ ਲੋੜ ਹੈ ਚਿਕਣੀ ਮਿੱਟੀ, ਜੋ ਕਲਰ ਵਾਲੀ ਮਿੱਟੀ ਵਿੱਚੋਂ ਭਾਂਡੇ ਨਹੀਂ ਘੜੇ ਜਾਣੇ, ਉਹਨੇ ਜੁੜਨਾ ਹੀ ਨਹੀਂ। ਕਲਰ ਦੀ ਮਿੱਟੀ ਨੂੰ ਤੁਸੀਂ ਜੋੜਨਾ ਚਾਹੋ, ਪਾਣੀ ਪਾਓ, ਨਹੀਂ ਜੁੜੇਗੀ। ਕੁਮਾਰ ਨੂੰ ਮਿੱਟੀ ਚੀਕਣੀ ਚਾਹੀਦੀ ਹੈ, ਬਰਤਨ ਬਣਾਉਣ ਲਈ ਵੀ, ਇੱਟਾਂ ਵੀ ਬਣਾਉਣ ਲਈ ਚੀਕਣੀ ਮਿੱਟੀ। ਇਸ ਲਈ ਕੁਮਾਰ ਜਿਹੜਾ ਪਸੰਦ ਕਰਦਾ, ਜੇ ਉਹਨੂੰ ਕਬਰਸਤਾਨ ਦਾ ਕੋਈ ਏਰੀਆ, ਜਿੱਥੇ ਕਦੀ ਵੀ ਕਬਰਸਤਾਨ ਰਿਹਾ ਹੋਵੇ, ਜੇ ਉਹਨੂੰ ਉਹ ਏਰੀਆ ਮਿੱਟੀ ਲੈਣ ਲਈ ਮਿਲ ਜਾਏ, ਉਹ ਉੱਥੋਂ ਮਿੱਟੀ ਲਿਆ ਕੇ ਚੀਕਣੀ ਮਿੱਟੀ ਦੇ ਭਾਂਡੇ ਘੜਦਾ ਤੇ ਇੱਟਾਂ ਘੜਦਾ। ਤੇ ਇੱਥੇ ਰਹੱਸਿਆ ਦਾ ਵਰਤ ਦਿੱਤਾ ਨੇ, ਕਿਉਂਕਿ ਕਬਰਾਂ ਵਿੱਚ ਮੁਸਲਮਾਨ ਦਫਨਾਉਂਦਾ, ਇੱਥੇ ਸਿੱਧਾ ਲਫਜ ਵਰਤਦਾ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਾਰ ਘੜ ਭਾਂਡੇ ਇੱਟਾ ਕੀ ਚੀਕਣੀ ਮਿੱਟੀ ਜੁੜ ਜਾਂਦੀ। ਪਰ ਇੱਕ ਖਿਆਲ ਕਰਿਓ, ਚੀਕਣੀ ਦੇ ਮੁਕਾਬਲੇ ਦੂਜੇ ਕਲਰ ਦੀ ਮਿੱਟੀ ਦਾ ਮਸਲਾ ਆ ਜਾਂਦਾ ਹੈ। ਇੱਕ ਧਰਤੀ ਉਹ ਜਿਹਦੀ ਮਿੱਟੀ ਚੀਕਣੀ, ਉਹਦੇ ਵਿੱਚੋਂ ਇੱਟਾਂ ਘੜੀਆਂ ਜਾਣੀਆਂ ਨੇ, ਭਾਂਡੇ ਘੜੇ ਜਾਣੇ ਨੇ, ਘਰ ਦੇ ਕੰਮ ਆਉਣੇ ਨੇ, ਰਿਹਾਇਸ਼ ਬਣਾਉਣੀ। ਇੱਕ ਮਿੱਟੀ ਉਹ ਜਿਹਦੇ ਵਿੱਚ ਕਲਰ ਹੈ, ਨਾ ਉਹਦੇ ਚੋਂ ਭਾਂਡੇ ਘੜੇ ਜਾਣੇ ਨੇ, ਨਾ ਉਹਦੇ ਵਿੱਚ ਫਸਲ ਪੈਦਾ ਹੋਣੀ ਹੈ। ਪੈਸਾ ਪੈਦਾਦਾਰ ਜੀ ਨੇ ਵੀ ਆਖ ਦਿੱਤਾ, ਸ੍ਰੀ ਗੁਰੂ ਸਾਹਿਬ ਦੀ ਬਾਣੀ ਨੇ ਵੀ ਆਖ ਦਿੱਤਾ, ਕਲਰ ਖੇਤੀ ਬੀਜੀ ਹੈ ਵਿੱਚ ਬੀਜ ਪਾਉਂਦਾ ਫਿਰੇ, ਕਹਿੰਦੇ ਨੇ ਉਹਨੂੰ ਕੀ ਲਾਭ ਹੋਏਗਾ, ਬੀਜ ਵੀ ਗੁਆ ਪਵੇਗਾ, ਉੱਥੇ ਫਿਰ ਬਣੇ ਕਿਉਂ? ਕਿਉਂਕਿ ਉਹ ਕੱਲਰ ਦੀ ਧਰਤੀ ਹੈ, ਤੇ ਕੱਲਰ ਦੀ ਧਰਤੀ ਦੀ ਕੀ ਨਿਸ਼ਾਨੀ ਹੈ? ਉਹਦੇ ਵਿੱਚ ਖਿੰਡਾਓ ਹੈ, ਉਹਦੇ ਕਣ, ਉਹਦੇ ਕਿਣਕੇ, ਉਹਦੇ ਜ਼ਰਰੇ ਆਪਸ ਵਿੱਚ ਜੁੜਦੇ ਨੇ, ਕਲਰ ਦੀ ਨਿਸ਼ਾਨੀ ਹੈ। ਉਹਦੇ ਵਿੱਚ ਉੱਟਾਂ ਵੀ ਨਹੀਂ ਘੜੀਆਂ ਜਾਂਦੀਆਂ, ਉਹਦੇ ਵਿੱਚ ਫਸਲ ਵੀ ਖਾਣ ਲਈ ਨਹੀਂ ਪੈਦਾ, ਨਾ ਉੱਥੋਂ ਰੋਜ਼ੀ ਮਿਲਦੀ ਹੈ,
ਬੰਦਾ ਉੱਥੋਂ ਰਹਾਇਸ਼ ਮਿਲਦੀ ਧਰਤੀ ਧਰਤੀ ਹੈ ਜਿਹੜੀ ਚੀਕਣੀ ਧਰਤੀ ਹੈ ਉੱਥੋਂ ਰੋਜ਼ੀ ਵੀ ਮਿਲਦੀ ਹੈ ਰਹਾਇਸ਼ ਵੀ ਮਿਲਦੀ ਹੈ ਤੇ ਜਿਹੜੀ ਕੱਲਰ ਦੀ ਧਰਤੀ ਹੈ ਉੱਥੋਂ ਨਾ ਰੋਜ਼ੀ ਮਿਲਦੀ ਨਾ ਰਹਾਇਸ਼ ਮਿਲਦੀ ਪਰ ਮੈਂ ਇੱਕ ਗੱਲ ਪੁੱਛਣਾ ਆਪਾਂ ਬਹੁਤ ਸਾਰੇ ਵੀਰ ਕਿਸਾਨ ਵੀਰ ਵੀ ਬੈਠੇ ਕਲਰ ਕਦੀ ਧਰਤੀ ਵਿੱਚ ਆਪ ਪਾਉਣਾ ਪੈਂਦਾ ਧਰਤੀ ਵਿੱਚ ਕਲਰ ਕਦੀ ਆਪ ਪਾਉਣਾ ਪੈਂਦਾ ਆਪੇ ਹੀ ਪੈਦਾ ਹੋ ਜਾਂਦਾ ਧਰਤੀ ਦੇ ਵਿੱਚੋਂ ਜਨਮ ਲੈਂਦਾ ਇਹ ਹੈ ਅੰਦਰ ਦਾ ਖਿਡਾਓ ਅੰਦਰ ਦਾ ਖਿਡਾਓ ਜਦੋਂ ਦੁਬਦਾ ਦੁਚਿੱਤੀ ਬਣੀ ਰਹੇ ਇੱਕ ਨਾ ਹੋਵੇ ਕਹਿਣ ਲੱਗੇ ਜਦੋਂ ਤੇਰੇ ਜੀਵਨ ਵਿੱਚ ਦੁਬਦਾ ਬਣ ਜਾਏ ਤੇਰਾ ਗੁਰੂ ਇੱਕ ਨਾ ਹੋਵੇ ਤੇਰਾ ਰੱਬ ਇੱਕ ਨਾ ਹੋਵੇ ਤੇਰੀ ਭਗਤੀ ਇੱਕ ਨਾ ਹੋਵੇ ਤੇਰੀ ਜੀਵਨ ਸ਼ੈਲੀ ਇੱਕ ਨਾ ਹੋਵੇ ਤੂੰ ਹਰ ਗੱਲ ਵਿੱਚ ਦੁਬਦਾ ਲੈ ਕੇ ਬੈਠੇ ਆਹ ਪਤਾ ਨਹੀਂ ਹੈ ਕਿ ਸਮਝ ਲਈ ਉਦੋਂ ਤੇਰਾ ਜੀਵਨ ਕੱਲਰ ਦੀ ਧਰਤੀ ਬਣ ਗਿਆ ਹੈ ਕੱਲਰ ਦੀ ਹੁਣ ਇਸ ਕੱਲਰ ਦੀ ਧਰਤੀ ਤੇ ਜਿੰਨੇ ਮਰਜ਼ੀ ਧਰਮ ਕਰਮ ਕਮਾ ਲੈ ਦੁਬਦਾ ਵਿੱਚ ਹੀ ਕਮਾਏਗਾ ਉਹ ਕੱਲਰ ਦੀ ਧਰਤੀ ਵਿੱਚ ਖਤਮ ਹੁੰਦੇ ਜਾਣ ਕੇ ਤੂੰ ਕਰਦਾ ਜਾਏਗਾ ਉਹ ਖਤਮ ਹੋ ਜਾਏਗਾ ਗੁਰੂ ਨੇ ਬਣਿਆ ਧਰਮੀ ਧਰਮ ਕਰੇ ਬਹੁਤ ਸਾਰੇ ਲੋਕ ਨੇ ਜਿਹੜੇ ਧਰਮ ਕਰਦੇ ਨੇ ਪਰ ਨਾਲ ਅਗਲੇ ਪਾਸੇ ਕਹਿ ਦਿੱਤਾ ਧਰਮੀ ਧਰਮ ਕਰੇ ਗਵਾਹ ਹੋਏ ਧਰਮ ਕਰੀ ਜਾਂਦੇ ਗਵਾਈ ਜਾਂਦੇ ਫਸਲ ਬੀਜੀ ਜਾਂਦਾ ਗੁਆਈ ਜਾਂਦਾ ਪਾਣੀ ਦੇਈ ਜਾਂਦਾ ਗੁਆ ਕਿਉਂਕਿ ਧਰਤੀ ਕੱਲਰ ਦੀ ਉਹ ਨਹੀਂ ਪਛਾਣ ਰਿਹਾ ਉੱਥੇ ਦੁਬਦਾ ਵਿਸ਼ਵਾਸ ਨਹੀਂ ਸਿਦਕ ਨਹੀਂ ਨਾ ਗੁਰੂ ਤੇ ਨਾ ਰੱਬ ਤੇ ਲੱਗੇ ਇਸ ਲਈ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਦੀ ਸਦਾਵੇ ਜੁਗਤ ਨਾ ਜਾਣੇ ਛੱਡ ਬਹੇ ਦਰਬਾਰ ਕਹਿਣ ਲੱਗੇ ਭਲਿਆ ਧਰਮ ਕਮਾਉਣ ਲਈ ਧਰਮ ਬੀਜਣ ਲਈ ਇਮਾਨ ਪੈਦਾ ਕਰਨ ਲਈ ਹੋਏ ਕਿਸਾਨ ਇਮਾਨ ਜਮਾ ਲੈ ਪੈਦਾ ਕਰਨ ਲਈ ਤੈਨੂੰ ਆਪਣੇ ਮਨ ਦੀ ਚਿੱਤ ਦੀ ਜਿਹੜੀ ਦ੍ਰਿੜਤਾ ਵਿਸ਼ਵਾਸ ਸਿਦਕ ਉਹ ਚੀਕਣੀ ਮਿੱਟੀ ਚਾਹੀਦੀ ਕੱਲਰ ਦੀ ਧਰਤੀ ਵਿੱਚ ਧਰਮ ਦੇ ਬੀਜ ਪਾ ਪਾ ਕੇ ਵੀ ਕਿਤੇ ਆਪਣਾ ਜਨਮ ਬਿਰਥਾ ਨਾ ਸਾਰੀ ਜ਼ਿੰਦਗੀ ਧਰਮ ਕਰਮ ਕਰਦਾ ਰਹੇ ਪਰ ਇੱਕ ਚਿੱਤ ਨਾ ਹੋਵੇ ਸਾਰੀ ਜ਼ਿੰਦਗੀ ਬਾਣੀ ਸੁਣਦਾ ਰਹੇ ਪਰ ਗੁਰੂ ਤੇ ਵਿਸ਼ਵਾਸ ਨਾ ਹੋਵੇ ਇਹ ਹੈ ਕੱਲਰ ਦੀ ਧਰਤੀ ਬਲਕਿ ਅਗਲੇ ਲਫ਼ਜ਼ ਵਿੱਚ ਜਿਹੜੇ ਖੂਬਸੂਰਤ ਉਦਾਹਰਣ ਦਿੱਤੇ ਨੇ ਉਹ ਹੈ ਕਰ ਹਰ ਹਰ ਕਰਮ ਜਿਹੜੇ ਨੇ ਘਰ ਤੋਂ ਪੈਦਾ ਹੁੰਦੇ ਨੇ ਇਹਨਾਂ ਨੂੰ ਹਰ ਹਰ ਖੂਹ ਬਣਾ ਲੈ ਪਰ ਜਿਹੜੇ ਅਗਲੇ ਲਫ਼ਜ਼ ਨੇ ਨਾ ਉਹਨਾਂ ਦੀ ਗਹਿਰਾਈ ਵਿੱਚ ਜਾਣਾ ਹੈ ਕਹਿੰਦੇ ਨੇ ਮਾਲ ਟਿੰਡ ਪ੍ਰਵੋ ਟਿੰਡ ਕੋਈ ਇੱਕ ਥੋੜਾ ਹੁੰਦੀ ਟਿੰਡ ਇੱਕ ਤੇ ਨਹੀਂ ਨਾ ਹੁੰਦੀ ਮਾਲ ਨਾਲ ਮਾਲ ਨਹੀਂ ਬਣਦੇ ਇੱਕ ਟਿੰਡ ਦਾ ਟਿੰਡ ਹੈ ਜਦੋਂ ਬਹੁਤ ਸਾਰੀਆਂ ਟਿੰਡਾਂ ਆਪਸ ਵਿੱਚ ਪਰੋਈਆਂ ਜਾਣਗੀਆਂ ਜੁੜ ਜਾਣਗੀਆਂ ਫਿਰ ਬਣੇਗੀ ਮਾਲ ਵੀ ਚੜਦੇ ਨੇ ਮਾਲ ਟਿੰਡ ਪਰੋ ਟਿੰਡ ਜਿਹੜੀ ਹੈ ਜੀਵਨ ਦੀ ਉਹਨੂੰ ਮਾਲ ਬਣਾ ਔਰ ਮਾਲ ਦਾ ਕੰਮ ਕੀ ਹੁੰਦਾ ਪਾਣੀ ਲਿਆਉਣਾ ਮਾਲ ਜਿਹੜੀ ਪਾਣੀ ਖੂਹ ਵਿੱਚੋਂ ਲਿਆਉਂਦੀ ਹੈ ਨਾ ਉਹ ਹਰ ਟਿੰਡ ਜਿਹੜੀ ਹੈ ਉਹ ਆਪਣਾ ਪਾਣੀ ਵੱਖਰਾ ਨਹੀਂ ਰੱਖਦੇ ਕਦੀ ਵੇਖਿਓ ਜਿਹਨਾਂ ਨੇ ਨਹੀਂ ਵੇਖਿਆ ਭਲਾ ਸ਼ਹਿਰ ਵਿੱਚ ਵਸਣ ਵਾਲੇ ਬੱਚਿਆਂ ਨੇ ਜਾਂ ਵੀਰਾਂ ਨੇ ਉਹ ਜਾ ਕੇ ਕਦੀ ਪਿੰਡਾਂ ਵਿੱਚ
कदे पुरातन खूब ही बैठे हो माल दी टेंड हर एक टेंड पानी ले आउंदी है पर कदी उने ए नहीं आख्या ए मेरा पानी है हर टेंड आउंदी इको पाछे विच उल्टी जांदी माल दे थले एक पाछा होंदा है हर टेंड आउंदी जिन्ना का पानी ले आ सकती है ले अपना काम करी दा काम कर पर अपनी होना रख पकड़ ना रख के ए मैं कीता है ये अखंड पाठ मेरा है मैं पर कीती सी बंगला साहब दी बड़ी अजीब किस्म दी कहानी एक लोग सुनाउंदे ने बीता रोज शाम नु बुजुर्ग जाने लगा गुरुद्वारे मथा टेकवा ते घरदेव ने आख्या बाबा चलिया है बाबा उत्थे आपा भी अखंड पाठ रखाया होया है मथा टेका है आ गया एक कमरे विच लाइन लगी हुई सी कई अखंड पाठ रखे हुए सर हाथ विच पंजां दा नोट फड़िया होया तुरिया फिरे चार फेरे बाबा ਕਿੰਨੀ ਦੇਰ ਦਾ ਫਿਰ ਕਹਿਣ ਲੱਗਾ ਮੈਨੂੰ ਪਤਾ ਨਹੀਂ ਮੇਰਾ ਪਾਪਾ ਕਿਹੜਾ ਹੈ ਪਾਠ ਰਖਾਇਆ ਪਰ ਮੈਨੂੰ ਮੈਂ ਹੁਣ ਕਿੰਨੇ ਅੱਗੇ ਮੱਥਾ ਟੇਕਾਂ ਮੇਰਾ ਪਾਪਾ ਕਿਹੜਾ ਹੈ ਇੱਕ ਖਿਆਲ ਕਰੀ ਹੋ ਤੁਹਾਨੂੰ ਦੀ ਦੁਨੀਆ ਵਿੱਚ ਵੀ ਬਹੁਤ ਕੁਝ ਸਮਝਣ ਵਾਲਾ ਜੇ ਸਾਡੇ ਨਾਲ ਅਨਿਆਇ ਹੋ ਰਿਹਾ ਹੈ कि ਅਸੀਂ ਧਰਮ ਕਮਾ ਰਹੇ ਹਾਂ ਤਾਂ ਸਮਝ ਨਹੀਂ ਰਹੇ ਤੇ ਗੁਰੂ ਨਾਨਕ ਧਰਮ ਸਮਝਾ ਰਹੇ ਕਹਿੰਦੇ ਨੇ ਆ ਖੂਹ ਬਣ ਇਹਦੇ ਵਿੱਚ ਹਰ ਇੱਕ ਟਿੰਡ ਨੂੰ ਆਪਸ ਵਿੱਚ ਜੋੜ ਲੈ ਪਿਆਰ ਪੈਦਾ ਕਰ ਗੁਰੂ ਨੇ ਇਵੇਂ ਨਹੀਂ ਬਾਣੀ ਵਿੱਚ ਆਖਿਆ ਗੁਰਸਿੱਖਾਂ ਦੀ ਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਮਾਲ ਤੇ ਤਾਂ ਹੀ ਬਣੇਗੀ ਗੱਲ ਜੇ ਇੱਕ ਦੂਜੇ ਨੂੰ ਅਸੀਂ ਵੇਖਣਾ ਹੀ ਪਸੰਦ ਨਹੀਂ ਕਰਾਂਗੇ ਤੇ ਮਾਲ ਕਿਵੇਂ ਬਣੇਗੀ ਕਹਿਣ ਲੱਗੇ ਟਿੰਡ ਜਿਹੜਾ ਉਹਨੂੰ ਮਾਲ ਬਣਾਉਣ ਲਈ ਤੈਨੂੰ ਪਰੋਣਾ ਪਏਗਾ ਆਪਸ ਵਿੱਚ ਹਰ ਮਾਲ ਟਿੰਡ ਪਰੋਵੋ ਤੇ ਫਿਰ ਆਪਣੀ ਹੋਂ ਵੱਖਰੀ ਨਹੀਂ ਰੱਖਣੀ ਕਿ ਆਹ ਕੰਮ ਮੈਂ ਕੀਤਾ ਮੇਰਾ ਹੈ ਇਹ ਤੇ ਅਸੀਂ ਛੱਡ ਨਹੀਂ ਰਹੇ ਮੈਂ ਤੇ ਮੇਰਾ ਸਾਡੇ ਅੰਦਰੋਂ ਨਹੀਂ ਨਿਕਲ ਰਿਹਾ ਇਹ ਕੰਮ ਮੇਰਾ ਹੈ ਮੈਂ ਹੋਇਆ ਕਿਸੇ ਜਿਵੇਂ ਅਖੰਡ ਪਾਠ ਮੇਰਾ ਹੈ ਜਿਸ ਦਿਨ ਅਸੀਂ ਲੰਗਰ ਕਰਾਉਣਾ ਹੋਵੇ ਉਸ ਦਿਨ ਅਸੀਂ ਆਪਣੇ 10 ਰਿਸ਼ਤੇਦਾਰਾਂ ਨੂੰ ਫੋਨ ਕਰਨੇ ਹਾਂ ਵੀ ਜ਼ਰੂਰ ਆਵੇ ਅੱਜ ਸਾਡਾ ਲੰਗਰ ਹੈ ਕਿਉਂਕਿ ਅੱਜ ਲੰਗਰ ਅਸੀਂ ਕਰਾਇਆ ਇਸ ਲਈ ਅੱਜ ਜ਼ਰੂਰ ਆਉਗੀ ਹਰ ਇੱਕ ਚੀਜ਼ ਦੇ ਉੱਤੇ ਸਾਡਾ ਕਬਜ਼ਾ ਹੈ ਅਸੀਂ ਮਾਲ ਦੀ ਟਿੰਡ ਨਹੀਂ ਬਣੇ ਗੁਰੂ ਕਹਿੰਦੇ ਨੇ ਕਦੇ ਮਾਲ ਦੀ ਟਿੰਡ ਵੱਲ ਵੇਖ ਹਰ ਟਿੰਡ ਪਾਣੀ ਲਈ ਆਉਂਦੀ ਹੈ ਪਰ ਇੱਕੋ ਪਾੜਛੇ ਵਿੱਚ ਉਲਟਾਈ ਜਾਂਦੀ ਹੈ ਉਹ ਇੱਕੋ ਹੀ ਆੜ ਵਿੱਚ ਵਗਦਾ ਤੁਰਿਆ ਜਾਂਦਾ ਹੈ ਇੱਕੋ ਹੀ ਕਿਆਰੇ ਨੂੰ ਸਾਂਝਾ ਹੋ ਕੇ ਸਿੰਜਦਾ ਤੁਰਿਆ ਜਾਂਦਾ ਹੈ ਜੇ ਹਰ ਇੱਕ ਟਿੰਡ ਆਪਣਾ ਵੱਖਰਾ ਖੇਤ ਪੈਦਾ ਕਰ ਲਏ ਹਰ ਇੱਕ ਟਿੰਡ ਆਪਣਾ ਵੱਖਰਾ ਪਾਤਸ਼ਾਹ ਚਾਹੇ ਵੱਖਰੀ ਆੜ ਬਣਾ ਲੈ ਕਦੀ ਕੋਈ ਕਿਸਾਨ ਦਾ ਖੇਤ ਨਾ ਸਿੰਜਿਆ ਜਾਏ ਦੁਨੀਆ ਭੁੱਖੀ ਮਰ ਜਾਏ ਸੰਸਾਰ ਦੇ ਅੰਦਰ ਖੇਤ ਵਿੱਚ ਫਸਲ ਨਾ ਪੈਦਾ ਕਰ ਸਕੇ ਲੱਗੇ ਧਰਮ ਦੇ ਖੇਤਰ ਵਿੱਚ ਵੀ ਇਹ ਗੱਲ ਸਮਝਣ ਵਾਲ ਇੱਕ ਉਦਾਹਰਨ ਐਗਜ਼ਾਮਪਲ ਨੇ ਕਰ ਹਰ ਮਾਲ ਟਿੰਡ ਪਰੋਵੋ ਤਿਸ ਭੀਤਰ ਮਨ ਜੋਵੋ ਬੈਲ ਜਿਹੜਾ ਉਹਦੀ ਥਾਂ ਤੇ ਮਨ ਜੁੜਿਆ ਹੋਵੇ ਅੰਮ੍ਰਿਤ ਸੰਚੋ ਭਰੋ ਕੇ ਆ ਰਹੇ ਫਿਰ ਵੇਖੋ ਮਾਲਕ ਜਿਹਨੇ ਇਹ ਸ੍ਰਿਸ਼ਟੀ ਦੀ ਕਿਰਸਾਣੀ ਤੇ ਤੈਨੂੰ ਲਾਇਆ ਉਹ ਕਿੱਡਾ ਪ੍ਰਸੰਨ ਹੁੰਦਾ ਹੈ ਤਾਂ ਮਾਲੀ ਕਿਹੋ ਅਗਲੇ ਪਾਸੇ ਇੱਕ ਲਫ਼ਜ਼ ਹੋਰ ਕਹਿੰਦੇ ਇੱਕ ਤੈਨੂੰ ਸੂਝ ਹੋਰ ਹੋਣੀ ਚਾਹੀਦੀ ਹੈ ਤੈਨੂੰ
ਪਤਾ ਹੋਵੇ ਚੰਗਾ ਕੀ ਹੈ ਮੰਦਾ ਕੀ ਹੈ। ਲੋ ਆਹ ਵੀ ਸਾਡਾ ਦੁਕਾਨ ਤਾਂ ਧਰਮ ਦੇ ਖੇਤਰ ਵਿੱਚ ਸਾਨੂੰ ਚੰਗੇ ਬੰਦੇ ਦਾ ਪਤਾ ਹੀ ਨਹੀਂ, ਸੱਜਣ ਦੁਸ਼ਮਣ ਦਾ ਪਤਾ ਨਹੀਂ। ਇਸ ਲਈ ਤਾਂ ਰੱਬ ਜ਼ਿਆਦਾ ਬਣੇ ਹੋਏ, ਇਸ ਲਈ ਤਾਂ ਗੁਰੂ ਜ਼ਿਆਦਾ ਬਣੇ ਹੋਏ। ਅਗਲੇ ਪਾਸੇ ਲਫ਼ਜ਼ ਦੇ ਨੇ ਤੂੰ ਇਸ ਗੱਲ ਨੂੰ ਤਰਕੀਬ ਦਿੰਦਾ, ਕਹਿੰਦੇ ਕਾਮ ਕ੍ਰੋਧ ਦੋਏ ਕਰੋ ਬਸੋਲੇ, ਬਸੋਲੇ ਕਹਿੰਦੇ ਰੰਬੇ ਨੂੰ, ਬਸੋਲਾ ਰੰਬੇ ਨੂੰ ਕਹਿੰਦੇ ਨੇ ਜਿਹਦੇ ਨਾਲ ਕਿਸਾਨ ਗੋਡੀ ਕਰਦਾ। ਤੇ ਮੈਂ ਇੱਕ ਵਾਰ ਕੀਤੀ ਸੀ ਕਿਸਾਨੀ ਦੇ ਬਾਕੀ ਕੰਮਾਂ ਵਿੱਚੋਂ ਸਭ ਤੋਂ ਔਖਾ ਸੂਝ ਵਾਲਾ ਕੰਮ ਜਿਹੜਾ ਉਹ ਗੋਡੀ ਹੈ। ਗੋਡੀ ਤੇ ਗੋਡੀ ਕਿਸ ਲਈ ਹੁੰਦੀ, ਕਿਉਂਕਿ ਜਦੋਂ ਤੁਸੀਂ ਪਾਣੀ ਦਿੰਦੇ ਹੋ ਉਸ ਪਾਣੀ ਦਾ ਹੱਕ ਸਾਰੇ ਹੀ ਵੱਢ ਲੈਂਦੇ, ਉੱਥੇ ਘਾਹ ਦੇ ਬੂਟੇ ਜਿਹੜੇ ਉੱਗੇ ਨੇ ਉਹਨਾਂ ਵੀ ਵੱਡੇ ਹੋ ਜਾਣੇ, ਜਿਹੜੇ ਲੇਹ ਤੇ ਪੱਖੜੇ ਦੇ ਬੂਟੇ ਨੇ ਉਹਨਾਂ ਨੇ ਵੀ ਵੱਡੇ ਹੋ ਜਾਣੇ, ਉਹਨਾਂ ਦੀ ਤੁਹਾਨੂੰ ਲੋੜ ਨਹੀਂ ਪਰ ਹੋ ਜਾਂਦੇ। ਫਿਰ ਤੁਸੀਂ ਕੀ ਕਰਦੇ ਹੋ ਗੋਡੀ, ਗੋਡੀ ਕਰਨ ਵਾਲੇ ਕਿਸਾਨ ਨੂੰ ਗਿਆਨ ਹੋਣਾ ਪਰ ਪਛਾਣ ਹੋਣੀ ਚਾਹੀਦੀ ਹੈ, ਆਹ ਬੂਟਾ ਲੇਹ ਦਾ ਹੈ, ਆਹ ਬੂਟਾ ਪੱਖੜੇ ਦਾ ਹੈ, ਆਹ ਬੂਟਾ ਕਣਕ ਦਾ ਜਿਹੜਾ ਮੈਂ ਬੀਜੇ ਜਿਹਦੀ ਮੈਨੂੰ ਲੋੜ ਹੈ, ਇਹਨੇ ਤਾਂ ਮੇਰੇ ਲਈ ਕੰਡੇ ਹੀ ਪੈਦਾ ਕਰਨਾ, ਪੱਖੜੇ ਨੇ ਹੋਰ ਕੀ ਕਰਨਾ, ਲੇਹ ਦੇ ਬੂਟੇ ਨੇ ਹੋਰ ਕੀ ਪੈਦਾ ਕਰਨਾ, ਤੇਰੇ ਲਈ ਕੰਡੇ ਹੀ ਪੈਦਾ ਕਰਨੇ ਨੇ, ਹੈ ਤੇਰੇ ਫਸਲ ਵਿੱਚ ਪੈਦਾ ਹੋ ਗਏ, ਹੈ ਤੇਰੇ ਖੇਤ ਵਿੱਚ ਪੈਦਾ ਹੋ ਗਏ, ਤੇ ਤੇਰੇ ਕੋਲੋਂ ਦਿੱਤੇ ਹੋਏ ਪਾਣੀ ਨਾਲ ਹੀ ਵੱਡਾ ਹੋਇਆ। ਜਿਹੜੇ ਅਸੀਂ ਅੱਜ ਕੰਡੇ ਮਹਿਸੂਸ ਕਰ ਰਹੇ ਹਾਂ ਸਾਡੇ ਹੀ ਪੈਦਾ ਕੀਤੇ ਹੋਏ ਨੇ, ਕਿਸੇ ਹੋਰ ਨੇ ਪੈਦਾ ਨਹੀਂ ਕੀਤੇ। ਸਾਡੇ ਜੀਵਨ ਵਿੱਚ ਵੀ ਆਏ ਦਿਨ ਜਿਹੜੇ ਕੰਡੇ ਚੁੱਭ ਰਹੇ ਨੇ ਨਾ, ਜੇ ਇਹ ਕੰਡੇ ਕਿਸੇ ਹੋਰ ਨੇ ਪੈਦਾ ਨਹੀਂ ਕੀਤੇ, ਅਸੀਂ ਹੀ ਪੈਦਾ ਕੀਤੇ ਨੇ, ਪਰ ਹੁਣ ਇਹਨਾਂ ਦੀ ਪਛਾਣ ਤੇ ਸਾਨੂੰ ਹੀ ਹੋਣੀ ਚਾਹੀਦੀ ਹੈ ਨਾ। ਤੇ ਗੋਡੀ ਕਰਨੀ ਕੀ ਹੈ, ਕਿਸਾਨ ਦੀ ਸਿਆਣਪ ਹੱਥ ਵਿੱਚ ਰੰਬਾ ਹੈ, ਤੇ ਰੰਬੇ ਨਾਲ ਦੋ ਲਫ਼ਜ਼ ਜੋੜ ਦਿੱਤੇ ਨੇ ਕਾਮ ਕ੍ਰੋਧ। ਕਾਮ ਕਹਿੰਦੇ ਨੇ ਮੋਹ ਜਿਹਦੇ ਵਿੱਚੋਂ ਜਨਮ ਲੈਂਦਾ, ਕਾਮ ਵਿੱਚੋਂ ਮੋਹ ਜਨਮ ਲੈਂਦਾ, ਮਿੱਤਰ ਜਨਮ ਲੈਂਦਾ ਹੈ, ਪਿਆਰਾ ਜਨਮ ਲੈਂਦਾ ਹੈ, ਤੇ ਕ੍ਰੋਧ ਵਿੱਚੋਂ ਦੁਸ਼ਮਣ ਜਨਮ ਲੈਂਦਾ। ਕ੍ਰੋਧ ਮਨੁੱਖ ਨੂੰ ਦੁਸ਼ਮਣੀ ਪੈਦਾ ਕਰਦਾ। ਤੇ ਮਤਲਬ ਇਹ ਹੈ ਕਿ ਕਾਮ ਕ੍ਰੋਧ ਦੋਏ ਕਰੋ ਬਸੋਲੇ, ਖੰਡ ਜਿਹੜਾ ਤੇਰੇ ਕੋਲ ਰੰਬਾ ਹੋਵੇ ਨਾ, ਉਹਦੇ ਸਾਹਮਣੇ ਦੋ ਚੀਜ਼ਾਂ ਆਉਣ, ਮੇਰਾ ਮਿੱਤਰ ਕਿਹੜਾ ਹੈ, ਦੁਸ਼ਮਣ ਕਿਹੜਾ ਹੈ, ਚੰਗਾ ਕਿਹੜਾ ਹੈ, ਮੰਦਾ ਕਿਹੜਾ ਹੈ, ਮੇਰੇ ਜੀਵਨ ਵਿੱਚ ਕੰਡੇ ਕਿੰਨੇ ਖਿਲਾਫ ਨੇ, ਫੁੱਲਾਂ ਦੀ ਸੇਜਾਂ ਮੈਨੂੰ ਕਿੰਨੋ ਦੇ ਰਹੀ ਹੈ। ਇਹ ਦੋਨੋਂ ਚੀਜ਼ਾਂ ਕਾਮ ਕ੍ਰੋਧ ਦੋਵਾਂ ਨੇ ਲਪੇਟਣੀਆਂ ਨੇ। ਕ੍ਰੋਧ ਨਾਲ ਤੂੰ ਉਸ ਨੂੰ ਪੱਖੜੇ ਦੇ ਕੰਡੇ ਨੂੰ, ਪੱਖੜੇ ਦੀਆਂ ਜੜ੍ਹਾਂ ਨੂੰ ਉਖਾੜ ਦੇ, ਕਿਉਂਕਿ ਤੇਰੇ ਲਈ ਕੰਡੇ ਪੈਦਾ ਕਰ ਰਿਹਾ, ਉੱਥੇ ਕ੍ਰੋਧ ਦੀ ਲੋੜ ਹੈ। ਅੱਜ ਨਾ ਵੀਰ ਰਸ ਹੈ, ਮੈਂ ਕਰਸ ਕਰਾਂ, ਵੀਰ ਰਸ ਦਾ ਦੂਜਾ ਨਾਂ ਹੀ ਕ੍ਰੋਧ ਹੈ, ਵੀਰ ਰਸ ਦਾ ਦੂਜਾ ਨਾਂ ਹੀ ਕ੍ਰੋਧ ਹੈ, ਸੀਮਾ ਵਿੱਚ ਹੈ ਤਾਂ ਵੀਰ ਰਸ ਹੈ, ਜਦੋਂ ਅਸੀਮ ਹੋ ਗਿਆ ਕ੍ਰੋਧ ਹੋ ਗਿਆ। ਕਹਿਣ ਲੱਗੇ ਇੱਕ ਖਿਆਲ ਕਰੀ, ਜਦੋਂ ਤੇਰੇ ਹੱਥ ਵਿੱਚ ਤਲਵਾਰ ਵੀ ਹੋਵੇ ਪਰ ਇਹ ਪਰਖ ਕੇ ਚੱਲੇ ਵੀ ਇਹ ਭਲਾ ਮੇਰੇ ਜੀਵਨ 'ਚ ਕੰਡੇ ਖਿਲਾਰਨ ਵਾਲਾ, ਇਹ ਵੀ ਆਪਣੇ ਉੱਤੇ ਤਲਵਾਰ ਚਲਦੀ ਜਾ, ਚੰਗਾ ਗੋਡੀ ਕਰਨ ਵਾਲਾ ਤੂੰ ਦੇਖ, ਕਣਕ ਕਣਕ ਨੇ ਵੱਢਣਾ ਸ਼ੁਰੂ, ਕਣਕ ਦੇ ਬੀਜ ਜਿਹੜਾ ਉਖਾੜਨੀਆਂ ਸ਼ੁਰੂ ਕਰ ਦਿੱਤੀਆਂ, ਫਿਰ ਹੁਣ ਸਿਆਣਾ ਗੋਡੀ ਵਾਲਾ ਤਾਂ ਨਹੀਂ ਕਹਿ ਜਾਏਗਾ। ਕਹਿਣ ਲੱਗੇ ਕਾਮ ਤੇ ਕ੍ਰੋਧ ਦੇ ਦੋ ਬਸੋਲੇ ਬਣਾ, ਗੋਡੀ ਕਰ, ਪਰ ਤੈਨੂੰ ਪਤਾ ਹੋਵੇ ਕਿ ਮੈਂ ਸੰਭਾਲਣਾ ਕਿਹਨੂੰ ਹੈ, ਦੁਰਕਾਰਨਾ ਕਿਹਨੂੰ ਹੈ। ਗੁਰੂ ਨੇ ਐਵੇਂ ਨਹੀਂ ਬਾਣੀ ਵਿੱਚ ਆਖ ਦਿੱਤਾ ਪੰਜ ਮਨਾਏ ਪੰਜ ਰੁਸਾਏ ਪੰਜ ਵਸਾਏ ਪੰਜ ਗਵਾਏ ਇਨ ਬਿਦ ਨਗਰ ਉੱਠਾ ਮੇਰੇ ਭਾਈ, ਕੁਝ ਛੱਡਣਾ ਹੈ, ਕੁਝ ਤਿਆਗਣਾ ਹੈ, ਕੁਝ ਸੰਭਾਲਣਾ ਹੈ। ਕਹਿਣ ਲੱਗੇ ਇਸੇ ਦਾ ਨਾਂ ਗੋਡੀ ਹੈ, ਜੇ ਸਫਲ ਕਿਸਾਨ ਹੋਣਾ ਹੀ ਤੇ ਜੇ ਤੂੰ ਐਵੇਂ ਕੱਲਰ ਦੀ ਖੇਤੀ ਵਿੱਚ ਹੀ ਕੱਲਰ ਦੀ ਧਰਤੀ ਵਿੱਚ ਹੀ ਧਰਮ ਦਾ ਬੀਜ ਪਾਈ ਜਾਣਾ ਹੈ ਤੇ ਆਪਣੀ ਸਾਰੀ ਜ਼ਿੰਦਗੀ ਉਸੇ ਨੂੰ ਸਿੰਜਦਿਆਂ ਵਿੱਚ ਲਾ ਦੇਣੀ ਹੈ, ਤਾਂ ਮੈਂ ਸਮਝ ਲੈ ਤੂੰ ਆਪਣਾ ਜਨਮ ਬਿਰਥਾ ਗਵਾ ਰਿਹਾ ਹੈ। ਗੁਰੂ ਨਾਨਕ ਆਖਦੇ ਨੇ ਸਿੰਚੋ ਆਹ
shall we go out? ਕਲਰ ਦੀ ਧਰਤੀ ਵਿੱਚ ਬੀਜਿਆ ਹੋਇਆ ਬੀਜ ਵੀ ਤੇਰੇ ਕੰਮ ਨਹੀਂ ਆਉਣਾ, ਉਹਨੇ ਤੇਰੀ ਰੋਜ਼ੀ ਨਹੀਂ ਬਣਿਆ। ਤੇ ਕਲਰ ਦੀ ਧਰਤੀ ਵਿੱਚ ਬਣਿਆ ਹੋਇਆ ਘਰ ਵੀ, ਕਲਰ ਜਦੋਂ ਕਿਸੇ ਦੀਵਾਰ ਨੂੰ ਪੈ ਜਾਏ ਨਾ, ਪੁਰਾਣੇ ਜ਼ਮਾਨੇ ਅੰਦਰ ਕੱਚੇ ਘਰ ਹੁੰਦੇ ਸਨ, ਉਹਨਾਂ ਨੂੰ ਵੀ ਕਲਰ ਪੈ ਜਾਂਦਾ ਸੀ। ਜਦੋਂ ਕਲਰ ਕਿਸੇ ਦੀਵਾਰ ਨੂੰ ਪੈ ਜਾਏ ਨਾ, ਉਹ ਤੇਰੇ ਘਰ ਵੀ ਤੇਰੇ ਵਸਣ ਦੇ ਲਾਇਕ ਨਹੀਂ ਹੈ। ਜਿੰਨੀ ਮਰਜ਼ੀ ਹੁੰਦੀ ਪੋਚਾ ਪਾਚੀ ਕਰ ਲੈ, ਕਹਿਣ ਲੱਗੇ ਜ਼ਿੰਦਗੀ ਨਾਲ ਗੁਜ਼ਰਨ ਵਾਲੀ ਕਿਰਸਾਨੀ ਦੀ ਐਗਜ਼ਾਮਪਲ ਦੇ ਕੇ ਜੀਵਨ ਨੂੰ ਸਮਝਾਇਆ। ਇੱਕ ਐਸੀ ਕਿਰਸਾਨੀ ਹੈ ਜੇ ਕੱਲਰ ਦੀ ਖੇਤੀ ਵਿੱਚ ਕਰਦਾ ਰਹੇਗਾ ਸਾਰੀ ਜ਼ਿੰਦਗੀ, ਧਰਮ ਕਮਾਈ ਚਾਲਾ ਖੰਡ ਪਾਠ ਦੀਆਂ ਲੜੀਆਂ ਚਲਾ, ਰਹਿਣ ਸਬਾਈਆਂ ਵਿੱਚ ਰਾਤਾਂ ਗੁਜ਼ਾਰ ਲੈ, ਜਿੰਨਾ ਮਰਜ਼ੀ ਕਰ ਲੈ, ਪਰ ਕੱਲਰ ਦੀ ਧਰਤੀ ਵਾਂਗੂ ਕੁਝ ਪੱਲੇ ਨਹੀਂ ਪੈਣਾ। ਵਿਸ਼ਵਾਸ ਕਰ, ਇਸ ਲਈ ਜਿਹੜਾ ਦੂਜਾ ਪੱਖ ਹੈ ਚੀਕ ਨਹੀਂ ਮਿੱਟੀ ਵਾਲਾ, ਉਹ ਅੰਦਰ ਪੈਦਾ ਕਰ। ਹਾਰਟ ਦੀ ਤੇ ਟਿੰਡਾਂ ਦੀ ਮਾਲ ਦੀ ਐਗਜ਼ਾਮਪਲ ਤੋਂ ਕੁਝ ਸਿੱਖ, ਤਾਂ ਕਿ ਉਹ ਕਰਮ ਧਰਮ ਜਿਹੜਾ ਤੇਰੇ ਜੀਵਨ ਦਾ ਹਿੱਸਾ ਬਣ ਸਕੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਕੇ ਥਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।